ਇੱਕ ਚੀਜ਼ ਸ਼ਾਇਦ ਤੁਸੀਂ ਵੀ ਸੁਣੀ ਹੋਊਗੀ ਇਹਨਾਂ ਦੀ ਲੈਂਗੁਏਜ ਤਾਂ ਉਹਨੂੰ ਜਿਵੇਂ ਕਿ ਦੀਵੇ ਵਾਲਾ ਫਰਿੱਜ ਕਹਿ ਦਿੰਦੇ ਨੇ ਕਿ ਦੀਵੇ ਵਾਲਾ ਫਰਿੱਜ ਹੁਣ ਦਰਸ਼ਕ ਸੋਚ ਰਹੇ ਹੋਣਗੇ ਜਿਹੜੇ ਤਾਂ ਮਕੈਨੀਕਲ ਇਲੈਕਟ੍ਰੋਨਿਕਸ ਵਾਲੇ ਹੁੰਦੇ ਹੋਣਗੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਊਗਾ ਪਰ ਜ਼ਿਆਦਾਤਰ ਦਰਸ਼ਕ ਹੈਰਾਨ ਹੋ ਰਹੇ ਹੋਣਗੇ ਵੀ ਦੀਵੇ ਵਾਲਾ ਫਰਿੱਜ ਵੀ ਹੋ ਸਕਦਾ ਹਾਂ ਇਹ 1900 ਮਤਲਬ ਜਦੋਂ ਜਿਹੜਾ ਇੱਕ ਅੰਗਰੇਜ਼ਾਂ ਦਾ ਜ਼ਮਾਨਾ ਕਹਿ ਲਿਆ ਜਾਵੇ ਜਦੋਂ ਟੈਕਨੋਲੋਜੀ ਦੀ ਸ਼ੁਰੂਆਤ ਉਦੋਂ ਬਿਜਲੀ ਕਿਤੇ ਕਿਤੇ ਸੀ ਪਰ ਡਿਸਪੈਂਸਰੀਆਂ ਦੇ ਵਿੱਚ ਦਵਾਈ ਨੂੰ ਜਿਹੜਾ ਸੰਭਾਲਣਾ ਸੀ ਉਹ ਬਹੁਤ ਜ਼ਰੂਰੀ ਸੀ ਜਿਹੜਾ ਫਰਿੱਜ ਤੋਂ ਬਿਨਾਂ ਨਹੀਂ ਸੰਭਾਲਦੀ ਅਤੇ ਉੱਥੇ ਇਹ ਜਿਹੜਾ ਫਰਿੱਜ ਹੈ ਇਹ ਕੰਮ ਆਉਂਦਾ ਸੀਗਾ ਇਹ ਛੋਟਾ ਜਿਹਾ ਫਰਿੱਜ ਹੈ 1942 ਮਾਡਲ ਹੈ ਇੰਗਲੈਂਡ ਦਾ ਜੀ ਸੀ ਇੰਗਲੈਂਡ ਆਹ ਦੇਖੋ ਇਹਦਾ ਛੋਟਾ ਜਿਹਾ ਖਾਨਾ ਹੈ ਅਤੇ ਇਹ ਫਰਿੱਜ ਦੇ ਵਿੱਚ ਕੋਈ ਪਾਵਰ ਨਹੀਂ ਲੱਗਦੀ ਪਾਵਰ ਦੀ ਇਹ ਜਗ੍ਹਾ ਦੇ ਵਿੱਚ ਫਿਰ ਜਿਵੇਂ ਬਰਫ਼ ਬਰਫ਼ ਹਾਂਜੀ ਹਾਂ ਬਰਫ਼ ਜਾਂ ਬਿਲਕੁਲ ਕੰਮ ਉਹ ਨਹੀਂ ਕਰਦਾ ਇਹ ਸਾਰੇ ਫੰਕਸ਼ਨ ਬਿਲਕੁਲ ਬਿਲਕੁਲ ਇਹਦੇ ਵਿੱਚ ਛੋਟਾ ਹੀਟਰ ਲੱਗਿਆ ਹੈ ਬਿਜਲੀ ਨਹੀਂ ਹੁੰਦੀ ਸੀ ਅਤੇ ਇਹਦੇ ਥੱਲੇ ਸਪਰੇਟ ਲੈਂਪ ਚਾਲੂ ਕਰ ਦਿੰਦੇ ਤੇ ਅੱਛਾ ਮਿੱਟੀ ਦੇ ਤੇਲ ਦੇ ਦੀਵੇ ਨਾਲ ਵੀ ਚੱਲਦਾ ਸੀ ਪਰ ਉਹ ਮਿੱਟੀ ਦੇ ਤੇਲ ਦੇ ਮਤਲਬ ਧੂੰਆਂ ਬਹੁਤ ਹੁੰਦਾ ਇਹ ਫਿਰ ਕਿਵੇਂ ਮਤਲਬ ਕਿ ਮੈਂ ਹੈਰਾਨੀ ਹੈ ਵੀ ਬਿਨਾਂ ਬਿਜਲੀ ਤੋਂ ਹੀਟ ਦੇ ਨਾਲ ਹੀ ਚੀਜ਼ ਚੱਲ ਜਾਂਦੀ ਸੀ ਦੇਖੋ ਜੀ ਮਸ਼ੀਨ ਵੱਖਰੀ ਕਿਸਮ ਦੀ ਆ ਇੱਥੇ ਜਿਹੜੀਆਂ ਗੈਸਾਂ ਨੇ ਜਦੋਂ ਅਸੀਂ ਗਰਮੀ ਦਿੰਦੇ ਹਾਂ ਗਰਮ ਹੋ ਕੇ ਇੱਥੋਂ ਗੈਸਾਂ ਵੇਪਰ ਬਣਦੇ ਨੇ ਉੱਪਰ ਵੱਲ ਜਾਂਦੀਆਂ ਨੇ ਇੱਥੇ ਜਾ ਕੇ ਸਪਲਿਟ ਹੋ ਜਾਂਦੀਆਂ ਨੇ ਫਿਰ ਗੈਸ ਅੰਦਰ ਚਲੀ ਜਾਂਦੀ ਹੈ ਅੰਦਰੋਂ ਆਈਟਮ 'ਚੋਂ ਗਰਮੀ ਕੱਢ ਕੇ ਆਪਦੇ ਵਜਨ ਦੇ ਨਾਲ ਹੀ ਕੰਡੈਂਸ ਹੁੰਦੀ ਤੁਰੀ ਜਾਂਦੀ ਹੈ ਇਹਦੇ 'ਚ ਕੋਈ ਮੂਵਮੈਂਟਰੀ ਪਾਰਟ ਨਹੀਂ ਹੈ ਪਰ ਇਹਦੇ ਵਿੱਚ ਗੈਸ ਦੀ ਜ਼ਰੂਰਤ ਪੈਂਦੀ ਹਾਂ ਇਹ 'ਚ ਗੈਸਾਂ ਹੈਗੀਆਂ ਨੇ ਕਾਰਬਨ ਡਾਈਆਕਸਾਈਡ ਐਮੋਨੀਆ ਹੀਟ ਅਤੇ ਗੈਸ ਦਾ ਸਮੇਲ ਹੋ ਕੇ ਜਿਹੜਾ ਆ ਥੋੜ੍ਹੀ ਫਰਿੱਜ ਚੱਲ ਜਾਂਦੀ ਬਿਲਕੁਲ ਚੱਲ ਬਿਨਾਂ ਇਲੈਕਟ੍ਰੀਸਿਟੀ ਦੇਖੋ ਏਅਰ ਕੰਡੀਸ਼ਨਿੰਗ ਦਾ ਫਾਰਮੂਲਾ ਹੀ ਇਹ ਵੀ ਗਰਮੀ ਇੱਧਰ ਚੱਕੋ ਉੱਧਰ ਕੱਢ ਦਿਓ ਉੱਧਰ ਕੱਢ ਦਿਓ ਬਿਲਕੁਲ ਜਿਵੇਂ ਹੁਣ ਇੱਥੇ ਏ ਸੀ ਵੀ ਖੋਲ੍ਹੇ ਹੁਣ ਇਹ ਤਾਂ ਨਹੀਂ ਵਰਕਿੰਗ ਹੋਣਗੇ ਕਿ ਵੀ ਵਰਕਿੰਗ ਚਾਲੂ ਹੈ ਜੀ ਇਹ ਚਾਲੂ ਹਾਲਤ 'ਚ ਹੈ ਇਹਨੂੰ ਅਸੀਂ ਮਤਲਬ ਅਗਰ ਜੋੜਦੇ ਹਾਂ ਅਤੇ ਗੈਸ ਇਹਦੇ ਵਿੱਚ ਹੈ ਤਾਂ ਚੱਲਦਾ ਇਹ ਵਰਕ ਕਿਉਂਕਿ ਹਾਂ ਇਹ ਪੂਰਾ ਖੋਲ੍ਹਿਆ ਹੋਇਆ ਕਿਉਂਕਿ ਜਦ ਬੱਚੇ ਨੂੰ ਇਹ ਦਿਖਾਇਆ ਜਾਂਦਾ ਹੈ ਵੀ ਗੈਸ ਕਿਹੜੇ ਕਿਹੜੇ ਪਾਸਿਓਂ ਮੂਵ ਕਰਦੀ ਹੈ ਕਿੱਥੇ ਇਹ ਗਰਮ ਹੁੰਦੀ ਹੈ ਕਿੱਥੇ ਠੰਡੀ ਹੁੰਦੀ ਹੈ ਕਿਉਂ ਹੋ ਜਾਂਦੀ ਹੈ ਉਹ ਖੋਲ੍ਹ ਕੇ ਦਿਖਾਇਆ ਜਾ ਸਕਦਾ ਇੱਕ ਦਰਸ਼ਕ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਤਾਬਾਂ ਦੀ ਗੱਲ ਕੀਤੀ ਸੀ ਨਾ ਕਿਤਾਬ ਇੱਥੇ ਮਿਲਦੀ ਨਹੀਂ ਪਰ ਕਿਤਾਬ ਤੁਹਾਨੂੰ ਨਾ ਇੱਥੇ ਆਹ ਦੀਵਾਰਾਂ 'ਤੇ ਦਿਖੂਗੀ ਇਹਦਾ ਭਾਅ ਜੀ ਖਾਸ ਕਰਨ 'ਤੇ ਕਿੰਨਾ ਟਾਈਮ ਲੱਗ ਗਿਆ ਵੀ ਇਹ ਇਕੱਲੀ ਇਕੱਲੀ ਚੀਜ਼ ਨੂੰ ਜੁੜਨ ਵਾਸਤੇ ਕਿਉਂਕਿ ਜਿਹੜੀ ਮੈਂ ਦੇਖ ਰਿਹਾ ਹਰ ਇੱਕ ਪਾਰਟ ਦੀ ਕਲੋਜ਼ ਅਪ ਵੀ ਹੈ ਹਰ ਇੱਕ ਪਾਰਟ ਦਾ ਓਵਰਵਿਊ ਵੀ ਹੈ ਹਰ ਇੱਕ ਪਾਰਟ ਦੇ ਫੰਕਸ਼ਨ ਵੀ ਲਿਖੇ ਹੋਏ ਨੇ ਜੀ ਜੀ ਕਾਰਨ ਇਹ ਜੀ ਕਿਤਾਬ ਦੇ ਪਹਿਲਾਂ ਤਾਂ 9 ਤੋਂ ਬੱਚੇ ਭੱਜਦੇ ਨੇ ਵੀ ਕਿਤਾਬ ਪੜ੍ਹਨੀ ਪਊ ਕਿਤਾਬ ਪੜ੍ਹਨੀ ਪਊ ਕਿਉਂਕਿ ਉਹ ਵਿਚਾਰੇ ਕੁੱਟ ਤੋਂ ਡਰਦੇ ਤਾਂ ਪਹਿਲਾਂ ਸਕੂਲ ਛੱਡਿਆ ਹੁੰਦਾ ਅਤੇ ਅਸੀਂ ਇਹ ਕਹਿੰਦੇ ਵੀ ਸਾਨੂੰ ਸਮਾਜ ਦੇ ਉਹ ਬੱਚੇ ਦਿਓ ਜਿਹੜੇ ਪੜ੍ਹਾਈ ਲਿਖਾਈ 'ਚ ਨਹੀਂ ਚੱਲਦੇ ਫਿਰ ਉਹਨਾਂ ਵਾਸਤੇ ਇਹੀ ਮੈਥਡ ਹੈ ਜਿਵੇਂ ਗੂੰਗੇ ਬੋਲਿਆਂ ਵਾਸਤੇ ਆਪਦੀ ਲੈਂਗੁਏਜ ਹੈ ਇਹ ਵੀ ਤਾਂ ਇੱਕ ਲੈਂਗੁਏਜ ਹੈ ਇਹ ਇੰਟਰਨੈਸ਼ਨਲ ਲੈਂਗੁਏਜ ਹੈ ਮੈਂ ਤੁਹਾਨੂੰ ਹੋਰ ਦੱਸਦਾ ਵੀ ਇਹਦੇ ਵਿੱਚ ਇੰਗਲਿਸ਼ ਦਾ ਕੋਈ ਅੱਖਰ ਨਹੀਂ ਹੈ ਮੰਨ ਲਓ ਪਰ ਕਿਸੇ ਵੀ ਕੰਟਰੀ ਦਾ ਇੰਜੀਨੀਅਰ ਇਹਨੂੰ ਦੇਖੂਗਾ ਤੈਨੂੰ ਦੂਰੋਂ ਸਮਝ ਵੀ ਕੀ ਹੈ ਬਿਲਕੁਲ ਜਿਵੇਂ ਚਾਈਨੀਜ਼ ਦੀ ਲਿਖੀ ਹਾਂ ਚਾਈਨੀਜ਼ ਲਿਖੇ ਸਾਨੂੰ ਕੋਈ ਲੋੜ ਨਹੀਂ ਸਾਨੂੰ ਪਤਾ ਵੀ ਕੀ ਕੰਟਰੋਲਰ ਹੈ ਹਾਂ ਡਰਾਇੰਗ ਕਿਸੇ ਵੀ ਕੰਟਰੀ ਦੀ ਹੈ ਉਹਨੂੰ ਕਿਤੇ ਵੀ ਪੜ੍ਹਿਆ ਜਾ ਸਕਦਾ ਉਹ ਜਿਵੇਂ ਕਹਿ ਦਿੰਦੇ ਨੇ ਵੀ ਵੀਡੀਓ ਜੇ ਆਪਾਂ ਹਾਲੀਵੁੱਡ ਫਿਲਮ ਦੇਖ ਲਈਏ ਚਾਹੇ ਬੰਦੇ ਨੂੰ ਇੰਗਲਿਸ਼ ਨਾ ਵੀ ਆਉਂਦੇ ਪਰ ਉਹ ਸਮਝ ਜਾਂਦਾ ਵੀ ਅਗਲਾ ਕਹਿ ਕੀ ਰਿਹਾ ਹੈ ਕਹਿ ਕੀ ਰਿਹਾ ਇੱਥੇ ਇਹ ਮਤਲਬ ਪ੍ਰਿੰਸੀਪਲ ਹੈ ਜਦੋਂ ਬੱਚਿਆਂ ਨੇ ਸਮਝ ਆ ਗਿਆ ਉਹਨਾਂ ਦੇ ਵਿੱਚ ਜਗਿਆਸਾ ਪੈਦਾ ਹੋ ਗਈ ਤਾਂ ਫਿਰ ਉਹ ਪੜ੍ਹਨੇ ਤਾਂ ਬਾਈ ਜੀ ਆਪੇ ਸ਼ੁਰੂ ਹੋ ਜਾਂਦੇ ਨੇ ਆ ਜੇ ਹੁਣ ਇੱਧਰ ਕੰਪਰੈਸਰ ਇਹ ਕੰਪਰੈਸਰ ਆ ਭਾਅ ਜੀ ਇਹ ਕੰਪਰੈਸਰ ਹੈ ਜੀ ਇਹ ਖੋਲ ਕੇ ਦਿਖਾਇਆ ਹੋਇਆ ਮੌਜੂਦਾ ਫਰਿੱਜਾਂ ਦੇ ਵਿੱਚ ਚੱਲਦਾ ਇਹ ਉਸ ਕੰਪਰੈਸਰ ਹੈ ਕਿਉਂਕਿ ਬੱਚਿਆਂ ਨੂੰ ਕਈ ਵਾਰੀ ਖੋਲ ਕੇ ਵੀ ਦਿਖਾਉਣੀ ਪੈਂਦੀ ਹੈ ਚੀਜ਼ ਦੇਖੋ ਬੱਚੇ ਦੇ ਜਦੋਂ ਦਿਲ ਦੇ ਵਿੱਚ ਜਗਿਆਸਾ ਹੈ ਨਾ ਫਿਰ ਉਹ ਤੁਹਾਨੂੰ ਸ਼ਾਂਤ ਕਰਨੀ ਪਊ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਦੇਖ ਲਿਆ ਜਾਂ ਪੜ੍ਹ ਲਈ ਕਿਤਾਬ 'ਚੋਂ ਫਿਰ ਬੱਚਾ ਨਹੀਂ ਚੱਲੇਗਾ ਇਹਦੇ ਵਿੱਚ ਜਿਵੇਂ ਕਿ ਇਲੈਕਟ੍ਰੀਸਿਟੀ ਅਤੇ ਗੈਸ ਦੋਹੇ ਚੀਜ਼ਾਂ ਚੱਲਦੀਆਂ ਨੇ ਗੈਸ ਦੋਨੋਂ ਨੇ